ਸੋ ਮਿੱਤਰੋ ਟਿਊਜ਼ਡੇ ਅੱਜ 3:30 ਨੇ ਸ਼ਾਮ ਦੇ ਅਤੇ 1.5 ਘੰਟੇ 'ਚ ਮੇਰੀ ਸ਼ਿਫਟ ਸ਼ੁਰੂ ਆ ਮਤਲਬ 5 ਵਜੇ ਮੇਰੀ ਸ਼ਿਫਟ ਸ਼ੁਰੂ ਆ ਅੱਜ ਕੋਈ ਵੀਡੀਓ ਸੀ ਨਹੀਂ ਮੈਂ ਕਿਹਾ ਚਲੋ ਆਪਾਂ ਗੱਲਾਂ ਬਾਤਾਂ ਕਰ ਲੈਂਦੇ ਹਾਂ ਅਤੇ ਅੱਜ ਦੀ ਵੀਡੀਓ ਬਣਾ ਲੈਂਦੇ ਹਾਂ ਅਤੇ ਅੱਜ ਮੈਂ ਕੀ ਕਰੂੰਗਾ ਅੱਜ ਮੈਂ ਤੁਹਾਡੇ ਕੁਐਸਚਨ ਲਊਂਗਾ ਅਤੇ ਉਹਨਾਂ 'ਤੇ ਆਨਸਰ ਕਰੂੰਗਾ ਜੇ ਮੈਨੂੰ ਆਉਂਦੇ ਹੋਏ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਕੁਐਸਚਨ ਆਨਸਰ ਖੋਲ ਲੈਣਾ ਤਾਂ ਮੈਨੂੰ ਆ ਰਹੇ ਸਭ ਤੋਂ ਪਹਿਲਾਂ ਕੁਐਸਚਨ ਕਰਮਵੀਰ ਸਿੰਘ ਉਹ ਕਹਿੰਦਾ ਬਾਈ ਨੇ ਜੀਪ ਬੜੀ ਘੈਂਟ ਰੱਖੀ ਆ ਬਾਈ ਜੀ ਕੀ ਕੰਮ ਕਰਦੇ ਹਨ ਅਤੇ ਗੱਡੀ ਖਰੀਦਣੀ ਸੌਖੀ ਆ ਕੈਨੇਡਾ ਦੇ ਵਿੱਚ ਆਈ ਮੀਨ ਇੰਨੀ ਛੇਤੀ ਬਾਈ ਉਹ ਮੁੰਡਾ ਟਰੱਕ ਡਰਾਈਵਰ ਆ ਕੈਨੇਡਾ ਦੇ ਵਿੱਚ ਟਰੱਕ ਚਲਾਉਂਦਾ ਕੈਨੇਡਾ ਤੋਂ ਅਮਰੀਕਾ ਦਾ ਰੂਟ ਹੁੰਦਾ ਅਤੇ ਉਹ ਟਰੱਕ ਡਰਾਈਵਰ ਵਾਲਿਆਂ ਨੂੰ ਵਧੀਆ ਪੈਸੇ ਬਣ ਜਾਂਦੇ ਆ ਮਤਲਬ ਗੁੱਡ ਇਨਕਮ ਹੁੰਦੀ ਆ ਉਹਨਾਂ ਦੀ ਅਤੇ ਇੰਨੀ ਛੇਤੀ ਨਹੀਂ ਉਹਨੂੰ ਕੈਨੇਡਾ ਦੇ ਵਿੱਚ 5 ਸਾਲ ਹੋ ਚੁੱਕੇ ਨੇ ਪੂਰੇ ਪੀ ਆਰ ਹੋਇਆ ਹੋਇਆ ਅਤੇ ਕੈਨੇਡਾ ਵਿੱਚ ਗੱਡੀ ਲੈਣੀ ਕੋਈ ਔਖੀ ਨਹੀਂ ਹੈਗੀ $400-500 ਦੀ ਵੀ ਸਸਤੀ ਤੋਂ ਸਸਤੀ ਗੱਡੀ ਮਿਲ ਜਾਂਦੀ ਆ ਜੇ ਆਪਾਂ ਵੈਰੀ ਯੂਜ਼ ਕਰ ਲੈਣੀ ਆ ਪੁਰਾਣੇ ਟਾਈਮ ਦੀ ਪਰ ਉਹਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਔਖਾ ਉਹਦੀ ਗੈਸ ਮਨੀ ਅਤੇ ਜਿਹੜੀ ਇੰਸ਼ੋਰੈਂਸ ਆ ਉਹ ਬਹੁਤ ਜ਼ਿਆਦਾ ਵਾ ਅਤੇ ਲਓ ਜੀ ਹੁਣ ਆਪਾਂ ਦੂਜੇ ਕੁਐਸਚਨ ਕਰਨੀ ਵੱਧਦੇ ਹਾਂ ਦੂਜਾ ਕੁਐਸਚਨ ਆ ਪ੍ਰਿੰਸ ਧੀਮ ਹੁੰਦਾ ਕਹਿੰਦਾ ਬ੍ਰੋ ਸੋਨੂੰ ਕਿੰਨੇ ਈਅਰ 'ਚ ਪੀ ਆਰ ਹੋ ਗਈ ਸੀ ਤਾਂ ਵੀਰੇ ਮੈਂ ਹੋਇਆ ਸੀਗਾ ਕੈਨੇਡਾ ਦੇ ਵਿੱਚ ਲੈਂਡ 2015 ਦੇ ਵਿੱਚ ਉਸ ਤੋਂ ਬਾਅਦ ਮੈਂ 1 ਸਾਲ ਦੀ ਪੜ੍ਹਾਈ ਕੀਤੀ ਉਰੇ ਜਦੋਂ ਮੈਂ 1 ਸਾਲ ਦੀ ਪੜ੍ਹਾਈ ਕੀਤੀ ਤਾਂ ਮੈਂ ਉਸ ਤੋਂ ਬਾਅਦ 2016 ਸਤੰਬਰ ਅਕਤੂਬਰ 'ਚ ਮੇਰੀ ਪੜ੍ਹਾਈ ਖਤਮ ਹੋ ਗਈ ਸੀ ਠੀਕ ਆ ਅਤੇ ਉਸ ਤੋਂ ਬਾਅਦ ਇੱਕ ਹੁੰਦਾ ਪੀ ਆਰ ਸਟ੍ਰੀਮ ਆਪਣੀ ਮਾਸਟਰ ਗ੍ਰੈਜੂਏਟ ਸਟ੍ਰੀਮ ਉਹਦੇ ਵਿੱਚ ਫਾਈਲ ਲਾਤੀ ਸੀਗੀ ਮੈਂ ਐਕਸਪ੍ਰੈਸ ਐਂਟਰੀ 'ਚ ਫਾਈਲ ਨਹੀਂ ਲਾਈ ਸੀ ਤਾਂ ਉਹਦੇ ਵਿੱਚ ਫਾਈਲ ਹੁੰਦੀ ਆ ਤਾਂ ਉਸ ਤੋਂ ਬਾਅਦ 3-4 ਮਹੀਨੇ ਬਾਅਦ ਉਹਦਾ ਨੋਮੀਨੇਸ਼ਨ ਆਉਂਦਾ ਪੀ ਐਨ ਪੀ ਨੋਮੀਨੇਸ਼ਨ ਠੀਕ ਆ ਅਤੇ ਉਸ ਤੋਂ ਬਾਅਦ ਫਿਰ 1.5 ਸਾਲ ਦਾ ਪ੍ਰੋਸੈਸ ਹੁੰਦਾ ਤਾਂ ਮੈਂ $1500 ਦੀ ਉੱਧਰ ਵੀ ਫੀਸ ਉਹ ਫਾਈਲ ਲਾਤੀ ਅਤੇ ਉਸ ਤੋਂ ਬਾਅਦ ਮੈਂ ਦੇਖਿਆ ਯਾਰ ਵੀ ਯਾਰ 1.5 ਸਾਲ ਲੱਗੂਗਾ ਆਹ ਪ੍ਰੋਸੈਸ ਦੇ ਵਿੱਚ ਰਾਈਟ ਅਤੇ ਨਾਲ ਦੀ ਨਾਲ ਮੈਂ ਐਕਸਪ੍ਰੈਸ ਐਂਟਰੀ 'ਚ ਵੀ ਫਾਈਲ ਲਾਤੀ ਕਿਉਂਕਿ ਐਕਸਪ੍ਰੈਸ ਐਂਟਰੀ 'ਚ ਮੇਰੀ ਫਾਈਲ ਤਾਂ ਲੱਗ ਗਈ ਮੇਰੀ ਇੰਡੀਆ ਦਾ ਐਕਸਪੀਰੀਅੰਸ ਸੀ ਮੇਰੇ ਕੋਲ 2.5 ਸਾਲ ਦਾ ਬਾਕੀ ਉਹਦਾ 6 ਮਹੀਨੇ ਦਾ ਹੋ ਗਿਆ ਤਾਂ ਮੈਂ 3 ਸਾਲ ਦਾ ਐਕਸਪੀਰੀਅੰਸ ਹੋ ਗਿਆ ਇਸ ਕਰਕੇ ਮੈਂ ਉਹ 'ਚ ਫਾਈਲ ਲਾਤੀ ਉਹ 'ਚ ਫਾਈਲ ਕਿਵੇਂ ਹੁੰਦੀ ਉਹ 'ਚ ਤੁਹਾਨੂੰ ਵਿਦਇਨ 6 ਮੰਥ 'ਚ ਪੀ ਆਰ ਮਿਲ ਜਾਂਦੀ ਆ ਅਤੇ ਇੱਧਰ ਵੀ ਮੇਰੀ ਫਾਈਲ ਆਈ ਸੀ ਆਪਣੀ $1500 ਲਾ ਕੇ ਇੱਧਰ $1000 'ਚ ਫਾਈਲ ਲੱਗਦੀ ਆ 1200 ਦੇ ਵਿੱਚ ਐਕਸਪ੍ਰੈਸ ਐਂਟਰੀ 'ਚ ਵੀ ਲਾਤੀ ਉਹ 'ਚ ਵੀ ਲਾਤੀ ਉਹ 'ਚ ਹਲੇ ਵੀ ਫਾਈਲ ਪਈ ਆ ਪਰ ਹੁਣ ਤਾਂ ਉਹਦਾ ਕਿਉਂਕਿ ਪੀ ਆਰ ਹੋ ਗਈ ਇੱਧਰ ਮੇਰੀ ਪੀ ਆਰ 3 ਮਹੀਨੇ 'ਚ ਹੋ ਗਈ ਫਿਰ ਦੂਜੇ ਪਾਸੇ ਮਤਲਬ 6 ਮਹੀਨੇ ਉਹਨਾਂ ਦਾ ਓਵਰਆਲ ਟਾਈਮ ਆ ਛੇਤੀ ਹੋ ਜਾਂਦੀ ਆ ਮੁੰਡਿਆਂ ਦੀ ਕਈ ਵਾਰ 2 ਮਹੀਨੇ 'ਚ ਵੀ ਹੋ ਜਾਂਦੀ ਆ ਐਕਸਪ੍ਰੈਸ ਐਂਟਰੀ ਦੇ ਵਿੱਚ ਲਓ ਜੀ ਅਗਲਾ ਕੁਐਸਚਨ ਦੀਪ ਵਲੋਗਰ ਦਾ ਦੀਪ ਵਲੋਗਰ ਕਹਿੰਦਾ ਬਾਈ ਤੈਨੂੰ 3 ਸਾਲ ਹੋ ਗਏ ਕੈਨੇਡਾ 'ਚ ਰਹਿੰਦੇ ਨੂੰ ਗਲਾ ਜਿਹਾ ਖਰਾਬ ਉਚਲਿਆ ਅਤੇ ਵੀ ਉਰੇ ਮੈਂ 2015 ਦੇ ਵਿੱਚ ਜਿਵੇਂ ਦੱਸਿਆ ਮੈਂ ਲੈਂਡ ਹੋਇਆ ਸੀਗਾ ਤਾਂ ਮੈਨੂੰ 2 ਸਾਲ ਕਹਿੰਦਾ ਵੀ ਕੁਛ ਮਹੀਨੇ ਹੋ ਗਏ 2 ਸਾਲ 4-5 ਮਹੀਨੇ ਹੋ ਗਏ ਕੈਨੇਡਾ ਦੇ ਵਿੱਚ ਰਹਿੰਦੇ ਨੂੰ ਆਪਾਂ ਨੈਕਸਟ ਸਵਾਲ ਦੇ ਵਿੱਚ ਵੱਧਦੇ ਹਾਂ ਨੈਕਸਟ ਸਵਾਲ ਹੈਗਾ ਵਿੱਕੀ ਯਾਦਵ ਦਾ ਵਿੱਕੀ ਯਾਦਵ ਕਹਿੰਦਾ ਭਾਅ ਜੀ ਆਪਾਂ 2 ਨੰਬਰ ਵਿੱਚ ਕੰਮ ਕਰ ਸਕਦੇ ਹਾਂ ਲਾਈਕ ਔਨ ਕੈਸ਼ ਅਦਰ ਦੈਨ 20 ਆਵਰਸ ਅ ਵੀਕ ਦੇਖੋ ਜੀ ਤੁਸੀਂ ਕੁਛ ਵੀ ਕਰ ਸਕਦੇ ਤੁਹਾਨੂੰ ਦੁਨੀਆ 'ਤੇ ਕੋਈ ਬੰਦਾ ਕੋਈ ਰੋਕ ਨਹੀਂ ਸਕਦਾ ਪਰ ਹਰੇਕ ਚੀਜ਼ ਦੇ ਕੋਨਸੀਕੁਐਂਸਿਸ ਹੁੰਦੇ ਆ ਜੇ ਤੁਸੀਂ ਫੜੇ ਜਾਵੋ ਚੋਰੀ ਉਦੋਂ ਤੱਕ ਚੋਰੀ ਨਹੀਂ ਹੁੰਦੀ ਜਦ ਤੱਕ ਫੜੇ ਨਹੀਂ ਜਾਂਦੇ ਜੇ ਤੁਹਾਨੂੰ ਸਰਕਾਰ 20 ਘੰਟੇ ਦੇ ਰਹੀ ਆ ਕੰਮ ਠੀਕ ਆ 20 ਘੰਟੇ ਹਫ਼ਤੇ ਦੇ ਵਿੱਚ ਜੇ ਤੁਸੀਂ $10 ਵੀ ਲਾ ਕੇ ਚੱਲੋ ਤਾਂ ਤੁਹਾਡਾ $200 ਬਣ ਜਾਂਦਾ ਅਤੇ ਮਤਲਬ 11 ਮਿਨੀਮਮ ਵੇਜ ਆ ਉਸ ਤੋਂ ਬਾਅਦ $800 ਤੁਹਾਡਾ ਮਹੀਨਾ ਬਣ ਜਾਂਦਾ ਤੁਹਾਨੂੰ ਸਰਕਾਰ ਦੇ ਰਹੀ ਆ ਸਰਕਾਰ ਬੰਦ ਵੀ ਕਰ ਸਕਦੀ ਹੈ ਕਿਸੇ ਤਰ੍ਹਾਂ ਜੇ ਉਹਨਾਂ ਨੇ ਦੇਖਿਆ ਵੀ ਇੰਨੇ ਮੁੰਡੇ ਇਹਦਾ ਇਲੀਗਲੀ ਕੰਮ ਕਰੀ ਜਾਂਦੇ ਆ ਜਦਕਿ ਉਹ ਤੁਹਾਨੂੰ ਖਰਚਾ ਪਾਣੀ ਕੱਢਣ ਲਈ ਪੈਸੇ ਦੇ ਵੀ ਰਿਹਾ ਉਹ ਬੰਦ ਹੀ ਕਰ ਦੇਣ ਫਿਰ ਕੀ ਕਰਾਂਗੇ ਠੀਕ ਆ ਕੱਤਾ ਕਰ ਤੁਸੀਂ ਕੁਛ ਵੀ ਸਕਦੇ ਹੁਣ ਆ ਪਿਛਲੇ ਮਹੀਨੇ ਦੀ ਗੱਲ ਆ ਉਰੋਂ ਘੱਟੋ ਘੱਟ ਮੈਂ 8-9 ਖਬਰਾਂ ਸੁਣ ਲਈਆਂ ਮੁੰਡੇ ਡਿਪੋਰਟ ਕੀਤੇ ਦੀਆਂ ਉਹਨਾਂ ਨੇ ਡਿਪੋਰਟ ਕਰਤੇ ਮੁੰਡੇ ਐਵੇਂ ਗਏ ਉਹ ਉਹਨਾਂ ਨੇ ਛਾਪਾ ਮਾਰਿਆ ਅਤੇ ਦੇਖਿਆ ਵੀ ਮੁੰਡੇ 3 ਨੰਬਰ 'ਤੇ ਕੰਮ ਨਹੀਂ ਕਰਦੇ ਕੈਸ਼ 'ਚ ਕੰਮ ਕਰ ਰਹੇ ਨੇ 20 ਘੰਟੇ ਅੱਡ ਕੰਮ ਕਰਦੇ ਆ ਪਹਿਲਾਂ 3 'ਤੇ ਉਹਦੇ ਬਾਅਦ ਕੈਸ਼ 'ਚ ਕੰਮ ਕਰਦੇ ਉਹਨਾਂ ਨੇ ਚੱਕ ਕੇ ਡਿਪੋਰਟ ਕਰਤੇ ਉਹਦਾ ਦੇਖ ਲਓ ਫਿਰ ਕਿੱਡਾ ਬੜਾ ਨੁਕਸਾਨ ਆ ਥੋੜ੍ਹੇ ਜਿਹੇ ਪੈਸੇ ਪਿੱਛੇ ਆਪਾਂ ਐਡਾ ਬੜਾ ਨੁਕਸਾਨ ਕਰ ਸਕਦੇ ਹਾਂ ਬਾਕੀ ਤੁਸੀਂ ਘਰ ਕੁਛ ਵੀ ਸਕਦੇ ਹੋ ਸੋ ਜੀ ਨੈਕਸਟ ਕੁਐਸਚਨ ਆ ਅਮਨ ਸ਼ਰਮਾ ਦੇ ਵੱਲੋਂ ਅਮਨ ਸ਼ਰਮਾ ਜੀ ਪੁੱਛਦੇ ਨੇ ਕਿ ਬਾਈ ਜੀ ਤੁਸੀਂ ਗੱਡੀ ਕਦੋਂ ਲਓਗੇ ਬਾਈ ਗੱਡੀ ਮੈਨੂੰ ਹਾਲੇ ਤੱਕ ਲੋੜ ਨਹੀਂ ਪਈ ਯਾਰ ਗੱਡੀ ਲੈਣ ਦੀ ਅਤੇ ਮੈਂ ਆਪਣਾ ਦਸੰਬਰ ਦੇ ਵਿੱਚ ਇੰਡੀਆ ਜਾ ਰਿਹਾ ਜਨਵਰੀ 'ਚ ਵਾਪਸ ਆਊਂਗਾ ਅਤੇ ਉਸ ਤੋਂ ਬਾਅਦ ਵਿੰਟਰ ਹੋਊਗੀ ਮੈਂ ਸੋਚਦਾ ਵੀ ਗੱਡੀ ਅਗਲੀ ਸਮਰ ਦੇ ਵਿੱਚ ਲਈ ਜਾਵੇ ਤਾਂ ਕਿਉਂਕਿ ਮੋਸਟਲੀ ਕਈ ਵਾਰ ਮੈਨੂੰ ਘਰੋਂ ਕੰਮ ਮਿਲ ਜਾਂਦਾ ਤਾਂ ਗੱਡੀ ਬਾਹਰ ਖੜੀ ਹੋ ਰਹਿਣੀ ਆ ਬੇਸਿਕਲੀ ਅਤੇ ਉਹਦੀ ਇੰਸ਼ੋਰੈਂਸ ਭਰੋ ਉਹਦੇ ਅੱਡ ਖਰਚੇ ਭਰੋ ਉਹਦੀ ਮੇਨਟੇਨੈਂਸ ਭਰੋ ਜਦਕਿ ਮੈਂ ਯੂਜ਼ ਵੀ ਨਹੀਂ ਕਰਨੀ ਅਤੇ ਗੱਡੀ ਆਪਾਂ ਤੁਹਾਨੂੰ ਇੱਕ ਕੁਐਸਚਨ ਪੁੱਛ ਲੈਣਾ ਵੀ ਜੇ ਆਪਾਂ ਮੈਂ ਮੰਨ ਲਓ ਗੱਡੀ ਲੈਣੀ ਹੋਈ ਤਾਂ ਉਹਨੂੰ ਕਿਹੜੀ ਗੱਡੀ ਲੈਣੀ ਚਾਹੀਦੀ ਆ ਕਿਉਂਕਿ ਮੈਨੂੰ ਗੱਡੀਆਂ ਬਾਰੇ ਬਹੁਤ ਘੱਟ ਨੌਲੇਜ ਆ ਮੈਨੂੰ ਸੋਹਣੀ ਸਭ ਤੋਂ ਲੱਗਦੀ ਆ BMW Z4 ਪੋਰਸ਼ੇ ਦੀ ਬੋਕਸ ਤਾਂ ਵੀ ਮੈਨੂੰ ਸੋਹਣੀ ਲੱਗਦੀ ਆ ਪਰ ਮੰਨ ਲਓ ਜੇ ਆਪਾਂ ਅਗਲੀ ਸਮਰ 'ਚ ਗੱਡੀ ਲੈਣੀ ਹੋਈ ਤਾਂ ਮੈਂ ਉੱਥੇ ਕੁਐਸਚਨ ਪਾ ਦਿੰਦਾ ਤੁਸੀਂ ਦੱਸਿਓ ਮੈਨੂੰ ਕਿਹੜੀ ਲੈਣੀ ਚਾਹੀਦੀ ਆ ਮੈਂ ਲਊਂਗਾ ਯੂਜ਼ਡ ਹੀ ਨਵੀਂ ਹੀ ਲੈਣੀ ਆਪਾਂ ਜਾਂ ਮੈਨੂੰ ਮਸਟੈਂਗ ਲੈਣੀ ਚਾਹੀਦੀ ਆ ਕਮੈਰੋ ਲੈਣੀ ਚਾਹੀਦੀ ਆ ਚੈਲੈਂਜਰ ਲੈਣੀ ਚਾਹੀਦੀ ਆ ਜਾਂ ਤੁਸੀਂ ਦੱਸੋ ਹੋਰ ਚੌਥੀ ਗੱਡੀ ਮੈਂ ਆਦਰਸ ਪਾ ਦੇਣਾ ਵੀ ਜਾਂ ਇਹਨਾਂ 3 ਤੋਂ ਬਿਨਾਂ ਆਦਰਸ ਲੈਣੀ ਚਾਹੀਦੀ ਆ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਦੱਸੋ ਵੀ ਕਿਹੜੀ ਤੁਹਾਨੂੰ ਪਸੰਦ ਆ ਅਤੇ ਪਾਓ ਗੱਡੀ ਲੈਣਾਗੇ ਜਿਹਨੂੰ ਸਭ ਤੋਂ ਵੱਧ ਬੂਟ ਹੋਈ ਅਤੇ ਅਗਲੇ ਕੁਐਸਚਨ 'ਚ ਵੱਧਦੇ ਹਾਂ ਬਾਈ ਦਾ ਨਾਮ ਪੜ੍ਹਿਆ ਨਹੀਂ ਜਾਂਦਾ ਹੋਰ ਪਾਸੇ ਲਿਖਿਆ ਪ੍ਰਿੰਸ ਕੁਛ ਲਿਖ
ਪਹਿਲਾਂ ਜਦੋਂ ਤੁਸੀਂ ਕਾਲਜ ਦੇ ਵਿੱਚ ਪੜ੍ਹੇਗੇ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹੇਗੇ ਤੁਹਾਨੂੰ ਉੱਥੇ ਜਿੰਮ ਹੋਊਗੀ, ਠੀਕ ਆ, ਤਾਂ ਉਹ ਜਿੰਮ ਤੁਹਾਨੂੰ ਬੇਸਿਕਲੀ ਫ੍ਰੀ ਹੋਊਗੀ, ਤੁਹਾਡੀ ਆਲਰੇਡੀ ਫੀਸ ਦੇ ਵਿੱਚ ਉਹਨਾਂ ਨੇ ਪੈਸੇ ਕੱਟੇ ਹੋਣੇ ਆ, ਤਾਂ ਤੁਹਾਨੂੰ ਫੀਸ ਫ੍ਰੀ ਹੋਊਗੀ। ਉਦੋਂ ਬਾਅਦ ਜੇ ਆਪਾਂ ਹੁਣ ਬਾਹਰ ਆ ਜਾਂਦੇ ਹਾਂ ਵੀ ਪੜ੍ਹਾਈ ਪੂਰੀ ਹੋਊਗੀ, ਬਾਹਰ ਜਿੰਮ ਕਿੰਨੇ ਦੀ ਆ, ਤਾਂ ਔਰ ਇੱਕ ਮੈਂ ਸਭ ਤੋਂ ਪਹਿਲਾਂ ਜਿਹੜਾ ਜਿੰਮ ਲਗਾਇਆ ਸੀ ਪਲੈਨਰ ਫਿਟਨੈਸ, ਤਾਂ ਇੱਕ ਤਾਂ ਬੇਸਿਕ ਜਿੰਮਾਂ ਨੇ, ਉਹਨਾਂ ਦੀ ਫੀਸ ਹੈਗੀ ਆ ਵੀ $10 ਪਰ ਮਹੀਨਾ, ਅਤੇ ਉੱਤੋਂ ਜੀ $30-$20 ਰਜਿਸਟ੍ਰੇਸ਼ਨ ਫੀਸ ਹੁੰਦੀ ਜੇ ਤੁਸੀਂ ਪਹਿਲੀ ਵਾਰ ਰਜਿਸਟਰ ਕਰਾਉਂਦੇ ਹੋ, ਤਾਂ $10 ਮਹੀਨਾ, $11 ਮਹੀਨਾ। ਤਾਂ ਉਦੋਂ ਬਾਅਦ ਥੋੜ੍ਹੀਆਂ ਹਾਈ ਕਲਾਸ ਜਿੰਮ ਆ ਜਾਂਦੀਆਂ ਨੇ, ਜਿਵੇਂ ਗੁੱਡ ਲਾਈਫ ਫਿਟਨੈਸ ਲਾ ਲਓ, LA ਫਿਟਨੈਸ ਲਾ ਲਓ, ਉਹਨਾਂ ਦਾ ਹੁੰਦਾ $30 ਮਹੀਨਾ, $40 ਮਹੀਨਾ, $50 ਮਹੀਨਾ, ਪੈਕੇਜ ਹੁੰਦੇ ਆ ਵੀ ਤੁਸੀਂ ਕਿਹੜਾ ਪੈਕੇਜ ਲੈਣਾ, ਠੀਕ ਆ। ਅਤੇ ਮੈਂ ਪਹਿਲਾਂ ਲੱਗਿਆ ਸੀ ਪਲੈਨਰ ਫਿਟਨੈਸ ਦੇ ਵਿੱਚ, ਉਹ 'ਚ ਮੈਂ $10 ਦਿੰਦਾ ਹੁੰਦਾ ਸੀ ਕਿਉਂਕਿ ਮੇਰੇ ਘਰ ਦੇ ਨੇੜੇ ਸੀਗੀ। ਉਸ ਤੋਂ ਬਾਅਦ ਮੈਂ ਹੁਣ ਜਿਵੇਂ ਆਹ ਕੰਪਨੀ 'ਚ ਲੱਗਿਆ ਹੋਇਆ, ਇਹ ਕੰਪਨੀ ਦੇ ਕੋਲ ਹੀ ਗੁੱਡ ਲਾਈਫ ਫਿਟਨੈਸ ਆ, ਉਹਦੀ 350 ਸਾਲ ਦੀ ਆ, ਅਤੇ ਉਹਦੇ ਵਿੱਚੋਂ $200 ਕੰਪਨੀ ਦਿੰਦੀ ਆ ਅਤੇ $150 ਮੈਂ ਦਿੰਦਾ, ਤਾਂ ਮੇਰੇ ਹਿਸਾਬ ਨਾਲ ਜਿੰਮ ਤਾਂ ਕੋਈ ਬਾਹਲੀ ਮਹਿੰਗੀ ਨਹੀਂ ਹੈਗੀ ਉਰੇ। ਸਮੇਂ ਤੋਂ ਆਪਾਂ ਅਗਲੇ ਕੁਸ਼ਚਨ ਵੱਲ ਵੱਧਦੇ ਹਾਂ। ਅਗਲਾ ਕੁਸ਼ਚਨ ਪੁੱਛਿਆ ਸ਼ਹਿਜ਼ੇਬ ਅਕਰਮ ਨੇ, ਉਹ ਕਹਿੰਦਾ ਆਪਣੀ ਡੇਲੀ, ਬਾਈ ਆਪਣੀ ਡੇਲੀ ਮੰਥਲੀ ਐਕਸਪੈਂਸਿਸ 'ਤੇ ਐਕਸਪਲੇਨ ਵੀਡੀਓ ਬਣਾਓ। ਵੀਰੇ ਮੈਂ ਇੱਕ ਸਟੂਡੈਂਟ ਐਕਸਪੈਂਸਿਸ 'ਤੇ ਵੀਡੀਓ ਬਣਾਈ ਸੀ, ਜੇ ਤੁਸੀਂ ਨਹੀਂ ਦੇਖੀ ਉਹਦਾ ਲਿੰਕ ਉੱਪਰ ਪਾ ਦੇਣਾ। ਬਾਕੀ ਮੇਰੇ ਐਕਸਪੈਂਸਿਸ ਆਏ ਹੁੰਦੇ ਆ, ਮੈਂ ਜ਼ਿਆਦਾ ਕਿਸੇ ਮਹੀਨੇ ਬਿਲਕੁਲ ਹੀ ਖਰਚਾ ਨਹੀਂ ਕਰਦਾ ਹੈਗਾ, ਜਿਵੇਂ ਕੰਜੂਸ ਬਣ ਜਾਂਦਾ, $500 ਤੋਂ ਸਾਲ ਲੈਂਦਾ, $500 ਤੋਂ ਉਦੋਂ ਬਾਅਦ ਖਰਚਾ ਨਹੀਂ ਕਰਦਾ ਕਿਉਂਕਿ ਮੈਨੂੰ ਰੈਂਟ ਨਹੀਂ ਦੇਣਾ ਪੈਂਦਾ ਬਾਹਰ ਜ਼ਿਆਦਾ, ਅਤੇ ਮੈਨੂੰ ਆਪਣਾ ਗੱਡੀ ਨਹੀਂ ਹੈਗੀ ਮੇਰੇ ਕੋਲ, ਤਾਂ ਮੈਂ 500 ਤੋਂ ਥੱਲੇ ਸਾਲ ਲੈਂਦਾ। ਅਤੇ ਉੱਪਰੋਂ ਜੀ ਜਦੋਂ ਮੈਂ ਖਰਚ ਕਰਨ ਵਾਲੇ ਮਹੀਨੇ ਹੁੰਦੇ ਆ, ਜਿਵੇਂ ਮੈਂ ਕਿਤੇ ਘੁੰਮਣ ਜਾਣਾ ਜੇ ਉਹ, ਫਿਰ ਮੈਂ ਪ੍ਰਵਾਹ ਨਹੀਂ ਕਰਦਾ, ਫਿਰ $2000 ਤੱਕ ਵੀ ਮਹੀਨੇ ਦਾ ਖਰਚਾ ਚਲੀ ਜਾਂਦਾ, ਕੁਛ ਵੀ ਲੈਣਾ ਹੋਵੇ ਮੈਂ, ਤਾਂ ਖਰਚਾ ਵੇਰੀ ਕਰਦਾ। ਪਰ ਜੇ ਤੁਸੀਂ ਇੱਕ ਆਈਡੀਆ ਲੈਣਾ ਚਾਹੁੰਦੇ ਹੋ ਵੀ ਇੱਕ ਸਟੂਡੈਂਟ ਦੇ ਕਿੰਨੇ ਖਰਚੇ ਹੁੰਦੇ ਆ ਟਿਊਸ਼ਨ ਫੀਸ ਤੋਂ ਬਿਨਾਂ, ਤਾਂ ਵੀਡੀਓ ਉੱਪਰ ਜ਼ਰੂਰ ਦੇਖ ਲਿਓ, ਉਹਦਾ ਲਿੰਕ ਪਾਇਆ ਹੋਊਗਾ। ਅਤੇ ਉਦੋਂ ਅਗਲਾ ਕੁਸ਼ਚਨ ਆ ਜੀ ਰਵਿੰਦਰ ਦਾ, ਪੁੱਛਦਾ ਬਾਈ ਤੂੰ GNE 'ਚ ਪੜ੍ਹਿਆ? ਹਾਂ ਬਾਈ, ਆਪਾਂ GNE 'ਚ ਪੜ੍ਹਿਆ, ਜਿਹਨੂੰ ਨਹੀਂ ਪਤਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNDEC ਵੀ ਕਹਿ ਦਿੰਦੇ ਆ ਹੁਣ ਉਹਨੂੰ, ਅਤੇ ਕਾਲਜ ਪੂਰਾ ਵਧੀਆ ਜੀ, ਉਹ ਪੰਜਾਬ ਦੇ ਮੋਸਟਲੀ ਮਤਲਬ ਸਭ ਤੋਂ ਪੁਰਾਣੇ ਕਾਲਜਾਂ ਦੇ ਵਿੱਚ ਆਉਂਦਾ ਇੰਜੀਨੀਅਰਿੰਗ ਕਾਲਜ ਦੇ ਵਿੱਚ। ਉਹ ਅਤੇ ਥਾਪਰ ਆਈ ਥਿੰਕ 1953 ਦੇ ਵਿੱਚ ਉਹਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਇਹ ਦੋਨਾਂ ਕਾਲਜਾਂ ਦੇ ਵਿੱਚ। ਅਤੇ ਮੈਂ GNE 'ਚ ਕੀ ਪੜ੍ਹਿਆ ਮੋਸਟਲੀ ਵੀ ਪੁੱਛ ਲੈਂਦੇ ਆਪਣੇ ਵਿਊਅਰ। ਅਤੇ ਮੈਂ GNE ਦੇ ਵਿੱਚ 4 ਸਾਲ ਦੀ ਡਿਗਰੀ ਕੀਤੀ ਆ, BTECH ਬੈਚਲਰਸ ਆਫ ਟੈਕਨੋਲੋਜੀ, ਅਤੇ ਮੇਰਾ ਕੋਰਸ ਸੀਗਾ ਕੰਪਿਊਟਰ ਐਂਡ ਸਾਇੰਸ ਇੰਜੀਨੀਅਰਿੰਗ, ਅਤੇ ਆਪਾਂ ਕੰਪਿਊਟਰ ਦੀ ਡਿਗਰੀ ਕੀਤੀ ਆ GNE ਦੇ ਵਿੱਚ। ਬੜਾ ਫਨ ਕੀਤਾ, ਬੜਾ ਵਧੀਆ ਕਾਲਜ ਆ, ਮੈਨੂੰ ਰਾਜਸਥਾਨ ਯੂਨੀਵਰਸਿਟੀ ਤੋਂ ਬਹੁਤ ਵਧੀਆ ਲੱਗਦਾ ਸੀ ਮੇਰਾ ਪੁਰਾਣਾ ਕਾਲਜ, ਕਿਉਂਕਿ ਉਰੇ ਇਹ ਯੂਨੀਵਰਸਿਟੀ ਰਾਜਸਥਾਨ ਯੂਨੀਵਰਸਿਟੀ ਦੀਆਂ ਬਿਲਡਿੰਗ ਅੱਡ ਅੱਡ ਨੇ, ਤਾਂ ਐਂ ਫੀਲਿੰਗ ਹੀ ਨਹੀਂ ਆਉਂਦੀ ਵੀ ਤੁਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਆਏ, ਨਹੀਂ ਲੱਗਦਾ ਵੀ ਤੁਹਾਡਾ ਪਿੰਡ ਹੀ ਆ। ਜਿਵੇਂ ਯੂਨੀਵਰਸਿਟੀ ਦਾ ਕੈਂਪਸ ਹੁੰਦਾ ਨਾ ਇੱਕ ਪੂਰਾ 80 ਕਿੱਲੇ ਨੇ, ਤਾਂ ਉਹਦੇ 'ਚ ਯੂਨੀਵਰਸਿਟੀ ਬਣੀ ਆ। ਰਾਜਸਥਾਨ ਯੂਨੀਵਰਸਿਟੀ ਦਾ ਚੱਕਰ ਆਇਆ ਸੀ ਇਹ ਸ਼ਹਿਰ ਦੇ ਵਿੱਚ ਹੋਣ ਕਰਕੇ ਇਹਨਾਂ ਦੀਆਂ ਬਿਲਡਿੰਗਾਂ ਹੀ ਆਉਂਦੀਆਂ, ਉਹ 6ਵੇਂ ਫਲੋਰ 'ਤੇ ਕੋਈ ਕਲਾਸਾਂ ਲੱਗਦੀਆਂ, 8ਵੇਂ 'ਤੇ ਕੋਈ ਲੱਗਦੀਆਂ। ਤਾਂ ਮੈਨੂੰ GNE ਕਾਲਜ 'ਚ ਪੜ੍ਹਿਆ, ਅਤੇ ਹਾਂ ਬਈ ਬਹੁਤ ਵਧੀਆ ਕਾਲਜ ਆ, ਫੇਵਰੇਟ ਕਾਲਜ ਸੀ ਆਪਣਾ ਅੱਜ ਤੱਕ ਦਾ। ਅਤੇ ਨੈਕਸਟ ਕੁਸ਼ਚਨ ਆ ਜੀ TV ਨਿਊਰੇਟਰ ਦਾ, ਉਹ ਕਹਿੰਦਾ ਬ੍ਰੋ ਵੀਡੀਓ ਐਡੀਟਰ ਕਿਹੜਾ ਯੂਜ਼ ਕਰਦੇ ਹੋ ਤੁਸੀਂ? ਬਾਈ ਦੇ 811 ਸਬਸਕ੍ਰਾਈਬਰ ਨੇ। ਅਤੇ ਵੀਰੇ ਵੀਡੀਓ ਐਡੀਟਰ ਮੈਂ ਪਹਿਲਾਂ ਯੂਜ਼ ਕਰਦਾ ਹੁੰਦਾ ਸੀਗਾ ਸਾਈਬਰਲਿੰਕ ਪਾਵਰ ਡਾਇਰੈਕਟਰ ਕੁਛ ਐਸਾ ਕਰਕੇ ਆ। ਅਤੇ ਹੁਣ ਮੈਂ ਅੱਜ ਕੱਲ੍ਹ ਯੂਜ਼ ਕਰਦਾ ਅਡੋਬੀ ਪ੍ਰੀਮੀਅਰ ਪ੍ਰੋ, ਮੈਨੂੰ ਬਹੁਤ ਵਧੀਆ ਲੱਗਦਾ, ਯੂਜ਼ ਕਰਨਾ ਸੌਖਾ ਵਾ, ਥੋੜ੍ਹਾ ਹੈਵੀ ਸੋਫਟਵੇਅਰ ਆ ਕਿਉਂਕਿ ਬਹੁਤ ਚੀਜ਼ਾਂ ਨੇ ਉਹਦੇ ਵਿੱਚ, ਪਰ ਵਨ ਆਫ ਦਾ ਬੈਸਟ ਸੋਫਟਵੇਅਰਸ ਆ, ਅਤੇ ਉਹੀ ਯੂਜ਼ ਕਰੀਦਾ ਵਧੀਆ, ਉਹਦਾ ਤੁਹਾਡੀ ਰਿਜ਼ਲਟ ਦੇਖ ਹੀ ਰਹੇ ਹੋ, ਰਿਜ਼ਲਟ ਵਧੀਆ ਉਹਦਾ। ਅਤੇ ਨੈਕਸਟ ਕੁਸ਼ਚਨ ਤਜਿੰਦਰ ਸਿੰਘ ਪੁੱਛਦਾ, ਕਹਿੰਦਾ ਬ੍ਰੋ ਕੈਨ ਯੂ ਟੈਲ ਮੀ ਯੋਰ ਲੋਕੇਸ਼ਨ? ਇਹ ਕੁਸ਼ਚਨ ਜਿਹੜੇ ਮੈਂ ਕੁਸ਼ਚਨ ਲੈ ਰਹਿਣਾ ਮੋਸਟਲੀ ਮੈਨੂੰ ਲਾਈਵ ਦੇ ਵਿੱਚ ਪੁੱਛੇ ਜਾਂਦੇ ਆ, ਤਾਂ ਮੈਂ ਸੋਚਦਾ ਵੀ ਇੱਕ ਵੀਡੀਓ ਬਣਾ ਦਿੱਤੀ ਜਾਵੇ, ਹੈ ਨਾ, ਤਾਂ ਕਿ ਆਪਾਂ ਇਹ ਸਾਰੇ ਕੁਸ਼ਚਨਾਂ ਦਾ ਇੱਕ ਵੀਡੀਓ ਦੇ ਵਿੱਚ ਆਂਸਰ ਕਰ ਦਈਏ, ਕਿਉਂਕਿ ਅੱਜ ਮੇਰੇ ਕੋਲ ਟਾਈਮ ਸੀਗਾ। ਤਾਂ ਬਾਈ ਕਹਿੰਦਾ ਲੋਕੇਸ਼ਨ ਕਿਹੜੀ ਆ ਵੀਰੇ? ਆਪਾਂ ਕਰੰਟਲੀ ਬਰੈਂਪਟਨ ਦੇ ਵਿੱਚ ਰਹਿੰਦੇ ਹਾਂ, ਬਰੈਂਪਟਨ ਦੇ ਵਿੱਚ ਕਹਿ ਲਓ ਵੀ ਉਰੇ ਕੈਨੇਡੀ ਅਤੇ ਵਿਲੀਅਮ ਪਾਰਕਵੇ ਦੀ ਇੰਟਰਸੈਕਸ਼ਨ ਦੇ ਉੱਤੇ ਆਪਣਾ ਘਰ ਆ, ਅਤੇ ਉੱਥੇ ਰਹਿੰਦੇ ਹਾਂ, ਅਤੇ ਆ ਜਾਓ ਜਿਹਨੇ ਮਿਲਣਾ ਹੋਇਆ ਬਈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜੀ ਸਦਕੇ ਮਿਲੋ। ਅਤੇ ਨੈਕਸਟ ਆਪਾਂ ਹੁਣ ਗੱਲ ਕਰਦੇ, ਇੱਕ ਮੈਂ ਪੁੱਛਿਆ ਸੀਗਾ ਵੀ ਫਰੋਮ, ਮੈਂ ਕੁਸ਼ਚਨ ਪਾਇਆ ਸੀਗਾ ਵੀ ਤੁਹਾਡਾ ਫੇਵਰੇਟ ਵਲੋਗ ਕਿਹੜਾ, ਸ਼ਾਇਦ ਤੁਹਾਨੂੰ ਇਹ ਰੂਮ ਦਾ ਪਤਾ ਨਹੀਂ ਮੈਨੂੰ, ਮੈਂ ਉੱਤੇ ਪਾ ਦੂੰਗਾ। ਅਤੇ ਕੁਸ਼ਚਨ ਪੁੱਛਿਆ ਸੀਗਾ ਮੈਂ ਕਿਹਾ ਤੁਹਾਡਾ ਫੇਵਰੇਟ ਵਲੋਗ ਕਿਹੜਾ ਵਾ? ਉਹਦੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਜੀ ਨਿਊ ਜੀਪ ਵਾਲੇ ਵਲੋਗ ਨੂੰ, ਜਿਹੜਾ ਦੂਜੇ ਨੰਬਰ 'ਤੇ ਸੀ ਉਹਨੂੰ 54% ਵੋਟਾਂ ਮਿਲੀਆਂ ਨੇ। ਅਤੇ ਉਦੋਂ ਬਾਅਦ PR ਵਾਲੇ ਵਲੋਗ ਨੂੰ 21%, ਅਤੇ ਡੋਪੈਸਟ ਵਲੋਗ ਨੂੰ ਜਿਹਨੂੰ ਕਿ ਮੈਂ ਵੋਟ ਪਾਈ ਸੀਗੀ ਮੈਨੂੰ ਵਧੀਆ ਲੱਗਦਾ, ਉਹਨੂੰ 14%, ਅਤੇ ਉਦੋਂ ਬਾਅਦ ਜੀਪ ਵਰਸਿਸ ਪਲੇਨ ਨੂੰ 9% ਮਿਲ ਗਿਆ, ਇਹਨੂੰ ਵੱਧ ਮਿਲਣੀਆਂ ਚਾਹੀਦੀਆਂ ਸੀਗੀਆਂ, ਵਧੀਆ ਤਾਂ ਇੰਨੇ ਵਧੀਆ ਸ਼ੋਟ ਸੀ ਉਹ 'ਚ। ਅਤੇ ਇਹ ਆਪਣਾ ਰਿਜ਼ਲਟ ਲਿਆ ਪਿਛਲੇ ਕੁਸ਼ਚਨ ਦਾ, ਅਤੇ ਅੱਜ ਵਾਲਾ ਕੁਸ਼ਚਨ ਤੁਹਾਨੂੰ ਪਤਾ ਹੀ ਆ ਜਿਹੜਾ ਆਪਾਂ ਪੁੱਛ ਚੁੱਕੇ ਹਾਂ ਵੀ ਕਿਹੜੀ ਗੱਡੀ ਲੈਣੀ ਚਾਹੀਦੀ ਆ, ਉਹਦਾ ਜ਼ਰੂਰ ਅਪਲਾਈ ਕੀਤਾ ਜਾਵੇ, ਉਹ ਆਪਾਂ ਜਦੋਂ ਫਿਰ ਗੱਡੀ ਲਵਾਂਗੇ ਉਹ ਵੀਡੀਓ 'ਚ ਪਾਵਾਂਗੇ ਵੀ ਤੁਸੀਂ ਕਿੰਨਾ ਕਿੰਨਾ ਕਿਹੜੇ ਪਰਸੈਂਟ 'ਚ ਕਿਹੜੀ ਗੱਡੀ ਨੂੰ ਕਿਹਾ ਸੀਗਾ। ਅਤੇ ਜੀ ਅੱਜ ਦੇ ਮੋਸਟਲੀ ਕੁਸ਼ਚਨ ਆਹੀ ਸੀਗੇ, ਅਤੇ ਆ ਜਿਹੜੇ ਕੁਛ ਸਬਸਕ੍ਰਾਈਬ
ਤਾਂ ਮੈਨੂੰ ਪਤਾ ਵੀ ਨਹੀਂ ਹੈਗਾ ਪਰਸਨਲੀ, ਮੈਂ ਜਾਣਦਾ ਵੀ ਨਹੀਂ ਤਾਂ ਉਹਨਾਂ ਦਾ ਜੀ। ਥੈਂਕ ਯੂ ਆ ਜੀ, ਮੈਂ ਸੈਲੀਬ੍ਰਿਟੀ ਲਾਈਵ ਹੋ ਗਿਆ ਇੱਕ, ਕਹਿੰਦਾ ਬਹੁਤ ਖੂਬ, ਬਹੁਤ ਖੂਬ ਯਾਰ। ਉਦੋਂ ਬਾਅਦ ਅਜੇ ਪਾਲ ਸਿੰਘ ਸੋਲ ਹੋ ਗਿਆ, ਅੱਤ ਵਲੌਗ ਆ ਵੀਰ, ਇਹ ਬਸ ਮੇਰਾ ਥੈਂਕ ਯੂ ਉਹਨਾਂ ਲਈ। ਅਤੇ ਸਾਰੇ ਕਮੈਂਟ ਕਰਦੇ ਤੁਸੀਂ, ਬਟ ਇਹ ਬੰਦੇ ਤਾਂ ਤਿੰਨ ਤਿੰਨ ਵਾਰ ਕਮੈਂਟ ਕਰਦੇ ਆ, ਤਾਂ ਬਹੁਤ ਵਧੀਆ ਲੱਗਦਾ। ਉਦੋਂ ਬਾਅਦ ਹਰਸਿਮਰਨਜੀਤ ਸਿੰਘ ਚਟਵਾਲ, ਸਤਿ ਸ਼੍ਰੀ ਅਕਾਲ ਭਾਅ ਜੀ। ਉਦੋਂ ਬਾਅਦ ਸ਼ੇਰ ਪੱਡਾ, ਆਹ ਸਿਰਾ ਵੀਡੀਓ, ਅਮਨ ਮਾਵੀ ਹੋ ਗਿਆ ਮੁੰਡਾ, ਬਹੁਤ ਕਮੈਂਟ ਕਰਦਾ। ਸ਼ੇਅਰ ਕਾਲੂ ਸਕੂਲ 'ਚ ਕਰਾਂਗੇ ਵੀਰ ਜੀ, ਧੱਕ ਪਾ ਦੇਣੀ ਆ ਭਾਈ, ਸ਼ੇਅਰ ਕੀਤੀ ਸੀ ਕਿ ਨਹੀਂ ਦੱਸ ਦੀ ਵੀਡੀਓ ਥੱਲੇ ਕਮੈਂਟ ਕਰਕੇ। ਕਰਨ ਬਰਾੜੇ ਮੁੰਡਾ ਸਭ ਤੋਂ ਪਹਿਲੇ ਵੀਰਾਂ 'ਚ ਹੁੰਦਾ ਆਲਵੇਜ਼, ਕੰਗਰੈਚੁਲੇਸ਼ਨ ਪ੍ਰੋ 5K ਸਬਸਕ੍ਰਾਈਬਰ ਲਈ, ਥੈਂਕ ਯੂ ਵੀਰੇ। ਉਹਦੇ ਬਾਅਦ ਸਤਨਾਮ ਸਿੰਘ ਸਰਾਵ ਹੋ ਗਿਆ ਹੈ ਮੁੰਡਾ, ਬਹੁਤ ਕਮੈਂਟ ਕਰਦਾ, ਘੈਂਟ ਬੰਬ ਕੋਕਾ ਸਿਰਾਤ, ਸਾਰਾ ਕੁਛ ਕਮੈਂਟ 'ਚ ਹੀ ਕਹਿਤਾ ਭਾਈ ਨੇ। ਉਦੋਂ ਬਾਅਦ ਮਾਹੀ ਚਾਲ, ਉਹ ਬਹੁਤ ਕਮੈਂਟ ਕਰਦੇ ਆ, ਵੀ ਆ ਵੀ ਐਬਸੋਲੂਟਲੀ ਲਾਈਕ ਇਟ ਸਰ। ਉਦੋਂ ਬਾਅਦ ਸਿੱਧੂ ਬਰਾੜ ਹੋ ਗਿਆ, ਆਈ ਥਿੰਕ ਹਨੀ ਸਿੰਘ ਕਹਿੰਦਾ ਆਰ ਯੂ ਪੀ ਜੀ ਇਨ ਕੈਨੇਡਾ। ਨਹੀਂ ਬਾਈ, ਮੈਂ ਪੀ ਜੀ 'ਚ ਨਹੀਂ ਰਹਿੰਦਾ, ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣਾ ਫਿਲਹਾਲ, ਪਰ ਕੈਨੇਡਾ ਜਦੋਂ ਮੈਂ ਹੁਣ ਇੰਡੀਆ ਤੋਂ ਵਾਪਸ ਆਊਂਗਾ ਤਾਂ ਮੈਂ ਕਿਤੇ ਹੋਰ ਮੂਵ ਹੋਊਂਗਾ। ਅਤੇ ਉਦੋਂ ਬਾਅਦ ਇੱਕ ਕੁਸ਼ਚਨ ਜਿਹੜਾ ਹੋਰ ਬਾਹਲਾ ਪੁੱਛਿਆ ਜਾਂਦਾ, ਉਹ ਪੁੱਛਿਆ ਜਾਂਦਾ ਕਹਿੰਦੇ ਬਾਈ ਤੇਰਾ ਪਿੰਡ ਕਿਹੜਾ ਵਾ। ਬਾਈ ਮੇਰਾ ਪੂਰਾ ਨਾਂ ਹੈਗਾ ਮਨਿੰਦਰ ਸਿੰਘ ਮਾਂਗਟ, ਅਤੇ ਮੇਰਾ ਪਿੰਡ ਹੈਗਾ ਬੇਗੋਵਾਲ, ਸਾਡੇ 7-8 ਪਿੰਡ ਮਾਂਗਟਾ ਦੀ ਨੇ। ਬੇਗੋਵਾਲ ਆ ਜਾਂਦਾ ਦਰਾਹੇ ਦੇ ਸਭ ਤੋਂ ਨੇੜੇ ਸ਼ਹਿਰ ਪੈਂਦਾ, ਅਤੇ ਇੱਕ ਤਰ੍ਹਾਂ ਦਾ ਸੈਂਟਰ ਹੀ ਆ ਸਾਡਾ ਪਿੰਡ, ਚੰਡੀਗੜ੍ਹ ਤੋਂ, ਲੁਧਿਆਣੇ ਤੋਂ, ਪਟਿਆਲੇ ਤੋਂ, ਤਾਂ ਸਭ ਲਾ ਲਓ ਦਰਾਹਾ ਤਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਜੀ। ਅਤੇ ਉੱਪਰੋਂ ਜੇ ਆਪਣੇ ਕੁਛ ਵਿਊਅਰਸ ਪਾਕਿਸਤਾਨ ਦੇ ਵੀ ਨੇ, ਪਾਕਿਸਤਾਨ ਪੰਜਾਬ ਤੋਂ, ਜਿਹੜੇ ਪੰਜਾਬੀ ਸਮਝ ਲੈਂਦੇ ਆ ਪਾਕਿਸਤਾਨ ਦੇ, ਉਹਨਾਂ ਦਾ ਵੀ ਥੈਂਕ ਯੂ ਆ, ਉਹਨਾਂ ਦੇ ਵੀ ਬਹੁਤ ਵਧੀਆ ਵਧੀਆ ਕਮੈਂਟ ਆਉਂਦੇ ਹੁੰਦੇ ਆ। ਅਤੇ ਜੀ ਮੈਂ ਆਪਣਾ ਕੀ ਕਹਿੰਦੇ ਹੁੰਦੇ ਆ ਦਸੰਬਰ ਦੇ ਵਿੱਚ ਇੰਡੀਆ ਜਾ ਰਿਹਾ, ਅਤੇ ਜੇ ਤੁਸੀਂ ਮਿਲਣਾ ਹੋਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਆਪਾਂ ਬੁਲਾ ਲਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਜਗ੍ਹਾ 'ਤੇ। ਗਗਨ ਕਨੇਡਾ, ਜਿਹੜਾ ਗਗਨ ਮੁੰਡਾ, ਉਹ ਵੀ ਮੇਰਾ ਮਾਸੀ ਦਾ ਮੁੰਡਾ, ਉਹਦਾ ਚੈਨਲ ਵੀ ਜ਼ਰੂਰ ਚੈੱਕ ਕਰ ਲਿਓ, ਅਤੇ ਉਹ ਵੀ ਆ ਰਿਹਾ, ਅਤੇ ਆਪਾਂ ਸਾਰੇ ਇਕੱਠੇ ਮਿਲ ਵੀ ਸਕਦੇ ਹਾਂ ਜੇ ਟਾਈਮ ਲੱਗਿਆ ਜਾਂ ਜੇ ਤੁਹਾਡਾ ਜੀ ਕੀਤਾ। ਅਤੇ ਜੀ ਅੱਜ ਦੀ ਵੀਡੀਓ ਇੰਨੀ ਹੋ ਸੀਗੀ, ਜੇ ਕੋਈ ਇਹ 'ਚ ਖਾਸ ਤਾਂ ਸੀਗਾ ਨਹੀਂ, ਬਸ ਮੈਂ ਖੜ੍ਹ ਕੇ ਗੱਲਾਂ ਹੀ ਕੀਤੀਆਂ ਨੇ। ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਜੀ, ਥੈਂਕ ਯੂ ਸੋ ਮੱਚ। ਆਪਣੇ 5,000 ਸਬਸਕ੍ਰਾਈਬਰ ਪੂਰੇ ਹੋ ਗਏ, ਉਹਦੀ ਵਧਾਈਆਂ, ਹੁਣ ਆਪਾਂ 10,000 ਕਰਨੇ ਆ ਛੇਤੀ ਤੋਂ ਛੇਤੀ। ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ, ਅਗਲੀ ਵੀਡੀਓ 'ਚ ਮਿਲਦੇ ਹਾਂ, ਖੁਸ਼ ਰਹੋ ਜੀ।